ਤਾਂ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਕਲਾਸ 10ਵੀਂ ਅਤੇ 12ਵੀਂ ਦਾ ਜਿਹੜਾ ਆਪਣਾ ਰਿਜ਼ਲਟ ਡੇਟ ਦਾ ਹੈ, ਉਸਦਾ ਨੋਟੀਫਿਕੇਸ਼ਨ ਸਾਡੇ ਕੋਲ ਆ ਚੁੱਕਿਆ ਹੈ। ਅਤੇ ਦੋਸਤੋ, ਨੋਟੀਫਿਕੇਸ਼ਨ ਬਾਰੇ ਫੁੱਲ ਨੌਲੇਜ ਦੇਣ ਦੀ ਕੋਸ਼ਿਸ਼ ਕਰਾਂਗੇ। ਅਤੇ ਦੋਸਤੋ, ਤੁਹਾਨੂੰ ਓਫੀਸ਼ੀਅਲ ਡੇਟ ਵੀ ਦੱਸਾਂਗੇ ਆਖਿਰ ਕਦੋਂ ਰਿਜ਼ਲਟ ਆਏਗਾ, ਠੀਕ ਹੈ ਦੋਸਤੋ। ਮਗਰ ਯਾਰ ਇੱਕ ਰਿਕੁਐਸਟ ਆ ਕਿ ਯਾਰ ਵੀਡੀਓ ਫੁੱਲ ਦੇਖਿਓ, ਕਿਉਂਕਿ ਤੁਹਾਨੂੰ ਯਾਰ ਤਾਂ ਹੀ ਪਤਾ ਚੱਲੇਗਾ ਸਾਰਾ ਕੁਝ ਕਿ ਰਿਜ਼ਲਟ ਕਦੋਂ ਆਉਣਾ ਹੈ, ਕਿਵੇਂ ਆਉਣਾ ਹੈ, ਨਿਊਜ਼ ਜਿਹੜੀ ਆ ਪੱਕੀ ਹੈ ਜਾਂ ਫੇਕ ਹੈ, ਠੀਕ ਹੈ ਦੋਸਤੋ। ਵੀਡੀਓ ਪੂਰਾ ਦੇਖਿਆ ਕਰੋ ਯਾਰ, ਕੋਈ ਤੁਹਾਡੇ ਲਈ ਵੱਡੀ ਵੀਡੀਓ ਨਹੀਂ ਬਣਾਈ ਮੈਂ, ਠੀਕ ਹੈ ਦੋਸਤੋ। ਸਿਰਫ 8 ਮਿੰਟ ਦੀ ਵੀਡੀਓ ਬਣਾਈ ਹੈ, ਠੀਕ ਹੈ ਦੋਸਤੋ, ਸਿਰਫ ਯਾਰ 8 ਮਿੰਟ ਤੁਹਾਨੂੰ ਸਾਰਾ ਕੁਝ ਦੱਸ ਦਾਂਗਾ। ਅਤੇ ਯਾਰ ਹੋਰ ਤੁਹਾਨੂੰ ਕੀ ਹੀ ਚਾਹੀਦਾ ਹੈ। ਅਤੇ ਯਾਰ ਫਟਾਫਟ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਚਲੋ ਯਾਰ ਵੀਡੀਓ 'ਚ ਅੱਗੇ ਵੱਧਦੇ ਹਾਂ। ਠੀਕ ਹੈ ਦੋਸਤੋ, PSEB ਆਫੀਸ਼ੀਅਲ ਵੱਲੋਂ ਨੋਟਿਸ ਆ ਚੁੱਕਿਆ ਹੈ, ਠੀਕ ਹੈ ਦੋਸਤੋ। ਅਤੇ ਦੋਸਤੋ, ਲਿਖਿਆ ਹੈ ਇਹਦੇ ਵਿੱਚ PSEB 10th, ਠੀਕ ਹੈ ਦੋਸਤੋ, 12 ਰਿਜ਼ਲਟ 2022 ਬਾਰੇ, ਠੀਕ ਹੈ ਦੋਸਤੋ। ਪੰਜਾਬ ਬੋਰਡ ਟੂ ਅਨਾਊਂਸ ਕਲਾਸ 10th ਰਿਜ਼ਲਟ ਬਾਏ 28 ਜੂਨ, ਯਾਨੀ ਕਿ ਦੋਸਤ 10ਵੀਂ ਦਾ ਆਪਣਾ ਆ ਸਕਦਾ ਹੈ 28 ਜੂਨ ਨੂੰ, ਠੀਕ ਹੈ ਦੋਸਤੋ। ਅਤੇ ਕਲਾਸ 12 ਬਾਏ ਜੂਨ 30, ਯਾਨੀ ਕਿ 30 ਜੂਨ ਨੂੰ ਆਏਗਾ 12ਵੀਂ ਦਾ, ਅਤੇ 10ਵੀਂ ਦਾ ਆਏਗਾ 28 ਜੂਨ ਨੂੰ, ਠੀਕ ਹੈ ਦੋਸਤੋ। ਹਜੇ ਤੱਕ ਇਹ ਨੋਟੀਫਿਕੇਸ਼ਨ ਆਇਆ ਹੈ ਸਾਡੇ ਕੋਲ, ਠੀਕ ਹੈ ਦੋਸਤੋ। ਅਤੇ ਯਾਰ ਵੀਡੀਓ ਜੇ ਚੰਗੀ ਲੱਗ ਰਹੀ ਫਟਾਫਟ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਗੇ ਵੱਧਦੇ ਹਾਂ ਵੀਡੀਓ 'ਚ, ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀ ਕੀ ਨੋਟੀਫਿਕੇਸ਼ਨ ਰੀਅਲ ਹੈ ਫੇਕ ਹੈ, ਠੀਕ ਹੈ ਦੋਸਤੋ, ਤਾਂ ਹੀ ਤੁਹਾਨੂੰ ਪਤਾ ਚੱਲੇਗਾ। ਅਤੇ ਲਿਖਿਆ ਹੈ ਦੋਸਤੋ, ਆ ਟੋਟਲ ਆਫ 3 ਲੈਕ ਸਟੂਡੈਂਟ ਅਪੀਅਰਡ ਫੋਰ PSEB 12 ਐਗਜ਼ਾਮ, ਠੀਕ ਹੈ, ਆਲ ਓਵਰ ਦਾ ਸਟੇਟ ਆਫ ਪੰਜਾਬ, ਯਾਨੀ ਕਿ ਪੂਰੇ 3 ਲੱਖ ਬੱਚਿਆਂ ਨੇ ਪੇਪਰ ਦਿੱਤੇ ਸੀ 12ਵੀਂ ਦੇ ਪੂਰੇ ਪੰਜਾਬ ਵਿੱਚ 2022 ਦੇ ਵਿੱਚ, ਠੀਕ ਹੈ ਦੋਸਤੋ। ਅਤੇ ਅੱਗੇ ਲਿਖਿਆ ਹੈ, ਸਟੂਡੈਂਟ ਆਰ ਐਡਵਾਈਸ ਟੂ ਕੀਪ ਆ ਕਲੋਸ ਆਈ ਓਨ ਦਾ ਓਫੀਸ਼ੀਅਲ ਵੈਬਸਾਈਟ ਰਿਗਾਰਡਿੰਗ ਦਾ ਡੇਟ ਐਂਡ ਟਾਈਮ ਫੋਰ ਰਿਜ਼ਲਟ ਆਫ ਡਿਕਲਰੇਸ਼ਨ, ਯਾਨੀ ਕਿ ਸਟੂਡੈਂਟ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਆਪਣੀ ਓਫੀਸ਼ੀਅਲ ਵੈਬਸਾਈਟ ਹੈ PSEB ਦੀ, ਉਸ 'ਤੇ ਧਿਆਨ ਦੇਣ ਅਤੇ ਉੱਥੇ ਕਦੋਂ ਨੋਟੀਫਿਕੇਸ਼ਨ ਆਏਗਾ। ਅਤੇ ਦੋਸਤੋ, ਜਦੋਂ ਵੀ ਨੋਟੀਫਿਕੇਸ਼ਨ ਆਏਗਾ ਅਸੀਂ ਤੁਹਾਡੇ ਲਈ ਵੀਡੀਓ ਬਣਾ ਦਾਂਗੇ, ਮਗਰ ਯਾਰ ਉਸਦੇ ਲਈ ਸਬਸਕ੍ਰਾਈਬ ਕਰੋਗੇ ਤਾਂ ਹੀ ਵੀਡੀਓ ਤੁਹਾਡੇ ਕੋਲ ਪਹੁੰਚੇਗੀ ਨਾ, ਫਟਾਫਟ ਸਬਸਕ੍ਰਾਈਬ ਕਰੋ ਯਾਰ। ਤਾਂ ਦੋਸਤੋ, ਤੁਸੀਂ ਆਪਣੀ ਸਕਰੀਨ 'ਤੇ ਅੱਗੇ ਦਾ ਨੋਟੀਫਿਕੇਸ਼ਨ ਦੇਖ ਸਕਦੇ ਹੋ ਕਿ ਅੱਗੇ ਕੀ ਲਿਖਿਆ ਹੋਇਆ ਹੈ। ਤਾਂ ਦੋਸਤੋ, ਲਿਖਿਆ ਹੋਇਆ PSEB 10th 12th ਕਾ ਰਿਜ਼ਲਟ ਬਾਰੇ, ਠੀਕ ਹੈ। ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਯਾਨੀ ਕਿ ਦੋਸਤੋ ਆਪਣਾ PSEB, ਅਨਾਊਂਸ ਦਾ ਕਲਾਸ 10th ਐਂਡ 12th ਰਿਜ਼ਲਟ ਡੇਟ 2022 ਡੇਟ, ਠੀਕ ਹੈ ਦੋਸਤੋ, ਅਨਾਊਂਸ ਕਰ ਦਿੱਤੀ ਗਈ ਹੈ। ਐਜ਼ ਪਰ ਸ਼ਡਿਊਲ ਪੰਜਾਬ ਬੋਰਡ 10th 2022 ਵਿਲ ਬੀ ਡਿਕਲੇਅਰਡ ਬਾਏ 28 ਜੂਨ, ਠੀਕ ਹੈ ਦੋਸਤੋ। ਯਾਨੀ ਕਿ 10ਵੀਂ ਦਾ ਰਿਜ਼ਲਟ ਆਪਣਾ 28 ਜੂਨ ਨੂੰ ਆਏਗਾ, ਮੈਂ ਤੁਹਾਨੂੰ ਦੱਸ ਚੁੱਕਿਆ ਹਾਂ। ਤਾਂ ਦੋਸਤੋ, ਉਸ ਦਿਨ ਹੋਏਗਾ ਮੰਗਲਵਾਰ, ਠੀਕ ਹੈ ਦੋਸਤੋ, ਟਿਊਜ਼ਡੇ ਨੂੰ ਆਏਗਾ। ਅਤੇ ਐਂਡ ਦਾ PSEB 12 ਰਿਜ਼ਲਟ 2020, ਯਾਨੀ ਕਿ ਦੋਸਤੋ 12ਵੀਂ ਦਾ ਨਤੀਜਾ ਆਪਣਾ ਆਏਗਾ, ਵਿਲ ਬੀ ਡਿਕਲੇਅਰਡ ਔਨ 30 ਜੂਨ, ਠੀਕ ਹੈ ਦੋਸਤੋ, ਥਰਸਡੇ ਨੂੰ, ਯਾਨੀ ਕਿ ਵੀਰਵਾਰ ਨੂੰ, ਠੀਕ ਹੈ ਦੋਸਤੋ, 2 ਦਿਨਾਂ ਬਾਅਦ, 10ਵੀਂ ਦਾ ਨਤੀਜੇ ਤੋਂ 2 ਦਿਨਾਂ ਬਾਅਦ ਆਪਣਾ ਜਿਹੜਾ 12ਵੀਂ ਦਾ ਨਤੀਜਾ ਵੀ ਆ ਜਾਏਗਾ, ਠੀਕ ਹੈ। ਅਤੇ ਯਾਰ ਇਹ ਵੀਡੀਓ ਹਰੇਕ ਦੋਸਤ ਨਾਲ ਜ਼ਰੂਰ ਸ਼ੇਅਰ ਕਰ ਦੇਣਾ, ਕਿਉਂਕਿ ਯਾਰ ਉਹ ਵੀ ਬੈਠਾ ਹੋਣਾ ਕਿ ਕਦੋਂ 12ਵੀਂ ਦਾ ਨਤੀਜਾ ਆਏ ਅਤੇ ਕਦੋਂ ਪਤਾ ਚੱਲੇ, ਠੀਕ ਹੈ। ਆ PSEB ਓਫੀਸ਼ੀਅਲ ਟੋਲਡ ਕਰੀਅਰ 360 ਇਨੀਸ਼ਲੀ ਬੋਥ ਦਾ ਰਿਜ਼ਲਟ ਵਰ ਸ਼ਡਿਊਲ ਟੂ ਬੀ ਅਨਾਊਂਸਡ ਔਨ ਫਰਾਈਡੇ, ਠੀਕ ਹੈ ਦੋਸਤੋ। ਇਨੀਸ਼ਲੀ ਯਾਨੀ ਕਿ ਦੋਸਤੋ ਦੋਵੇਂ ਹੀ ਰਿਜ਼ਲਟ ਫਰਾਈਡੇ ਤੱਕ ਆ ਜਾਣਗੇ, ਠੀਕ ਹੈ ਦੋਸਤੋ, ਮਤਲਬ ਕਿ ਫਰਾਈਡੇ ਤੋਂ ਪਹਿਲਾਂ ਹੋ ਜਾਣਗੇ June 24th ਨੂੰ। ਬਟ ਡਿਊ ਟੂ ਸਮ ਸੋਰੀ ਦੋਸਤੋ, ਆਪਣਾ ਮਤਲਬ ਜਿਹੜਾ ਫਰਾਈਡੇ ਨੂੰ 24 ਜੂਨ ਨੂੰ ਆਪਣਾ ਡਿਕਲੇਅਰ ਕਰਨਾ ਸੀ ਪਹਿਲਾਂ, ਇਨੀਸ਼ੀਅਲੀ ਮਤਲਬ ਇਸ ਤੋਂ ਪਹਿਲਾਂ, ਐਂਡ ਡਿਊ ਟੂ ਸਮ ਟੈਕਨੀਕਲ ਸਨੈਗ ਵੀ ਹੈਵ ਟੂ ਡਿਸਾਈਡਡ ਟੂ ਅਨਾਊਂਸ ਰਿਜ਼ਲਟ ਔਨ ਨੈਕਸਟ ਵੀਕ, ਦਾ ਓਫੀਸ਼ੀਅਲ ਸੇਡ। ਯਾਨੀ ਕਿ ਦੋਸਤੋ ਕੁਛ ਟੈਕਨੀਕਲੀ ਖਰਾਬੀ ਕਰਕੇ ਆਪਣਾ ਜਿਹੜਾ PSEB ਦਾ ਬੋਰਡ ਹੈ ਉਹ ਰਿਜ਼ਲਟ ਹੈ ਜਿਹੜਾ ਉਹ ਨਹੀਂ ਆ ਸਕਿਆ। ਅਤੇ ਦੋਸਤੋ ਟੈਕਨੀਕਲੀ ਖਰਾਬੀ ਕਰਕੇ ਰਿਜ਼ਲਟ ਆਪਣਾ ਨਹੀਂ ਆਇਆ, ਮਗਰ ਦੋਸਤੋ ਮੈਂ ਤੁਹਾਨੂੰ ਜਿਹੜੀ ਡੇਟ ਦੱਸੀ ਹੈ ਨਾ ਆਪਣੀ, ਆ ਦੇਖੋ ਦੋਸਤੋ, 30 ਜੂਨ ਨੂੰ ਆਏਗਾ ਆਪਣਾ ਰਿਜ਼ਲਟ 12ਵੀਂ ਦਾ, 28 ਜੂਨ ਨੂੰ ਆਏਗਾ ਆਪਣਾ 10ਵੀਂ ਦਾ, ਠੀਕ ਹੈ ਦੋਸਤੋ, ਇਹ ਨੋਟੀਫਿਕੇਸ਼ਨ ਵਿੱਚ ਦੱਸਿਆ ਹੈ। ਅਤੇ ਦੋਸਤੋ ਜ਼ਿਆਦਾਤਰ ਮਤਲਬ ਨੋਟੀਫਿਕੇਸ਼ਨ ਜਿਹੜੇ ਸਾਡੇ ਕੋਲ ਆਉਂਦੇ ਹਨ ਉਹ ਹੁੰਦੇ ਤਾਂ ਰੀਅਲ ਹਨ, ਪਰ ਚਲੋ ਇਸ ਦਾ ਵੀ ਪਤਾ ਕਰਦੇ ਹਾਂ, ਅੱਗੇ ਵੱਧਦੇ ਹਾਂ, ਬਾਕੀ ਨੋਟੀਫਿਕੇਸ਼ਨ ਵੱਲ ਵੀ ਦੇਖਦੇ ਹਾਂ ਕਿ ਰੀਅਲ ਹੈ ਜਾਂ ਫੇਕ ਹੈ, ਕੀ ਚੱਕਰ ਹੈ, ਠੀਕ ਹੈ ਦੋਸਤੋ। ਤਾਂ ਦੋਸਤੋ, ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ ਵੀ ਆਇਆ ਸੀ ਜਿਹੜਾ ਤੁਸੀਂ ਆਪਣੀ ਸਕਰੀਨ ਦੇਖ ਸਕਦੇ ਹੋ। ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਯਾਨੀ ਕਿ PSEB ਵਿਲ ਲਾਈਕਲੀ ਡਿਕਲੇਅਰ PSEB ਕਲਾਸ 12 ਰਿਜ਼ਲਟ ਔਨ ਡੇਟ 30 ਜੂਨ, ਠੀਕ ਹੈ ਦੋਸਤੋ। ਯਾਨੀ ਕਿ 30 ਜੂਨ ਨੂੰ ਆਪਣਾ 12ਵੀਂ ਦਾ ਨਤੀਜਾ ਆਇਆ ਹੈ, ਜੋ ਮੈਂ ਤੁਹਾਨੂੰ ਪਿਛਲੇ ਨੋਟੀਫਿਕੇਸ਼ਨ ਦੱਸਿਆ ਦੋਸਤੋ, ਸੇਮ ਨੋਟੀਫਿਕੇਸ਼ਨ ਆ ਵੀ ਆਇਆ ਹੈ ਸਾਡੇ ਕੋਲ, ਠੀਕ ਹੈ ਦੋਸਤੋ, 2022 ਦਾ। ਅਤੇ ਕੈਂਡੀਡੇਟ ਹੂ ਹੈ ਅਪੀਅਰ ਫੋਰ ਕਲਾਸ 10th ਐਂਡ ਕਲਾਸ 12 ਐਗਜ਼ਾਮੀਨੇਸ਼ਨ ਬੋਰਡ ਐਗਜ਼ਾਮੀਨੇਸ਼ਨ ਕੈਨ ਚੈੱਕ ਦਾ PSEB ਬੋਰਡ 12 ਰਿਜ਼ਲਟ ਔਨ ਦਾ ਓਫੀਸ਼ੀਅਲ ਵੈਬਸਾਈਟ ਔਨ PSEB.ac.in। ਯਾਨੀ ਕਿ ਦੋਸਤੋ ਜਿਹੜੇ ਬੱਚੇ ਆਪਣਾ ਰਿਜ਼ਲਟ ਚੈੱਕ ਕਰਨਾ ਚਾਹੁੰਦੇ ਹੈ ਉਹ ਇਸ ਤਰੀਕ ਤੋਂ ਬਾਅਦ, ਯਾਨੀ ਕਿ ਦੋਸਤੋ 30 ਜੂਨ ਤੋਂ ਬਾਅਦ ਆਪਣਾ 12ਵੀਂ ਦਾ ਰਿਜ਼ਲਟ ਦੇਖ ਸਕਦੇ ਹੈ। ਅਤੇ ਮੈਂ ਤੁਹਾਨੂੰ 10ਵੀਂ ਦਾ ਦੱਸ ਹੀ ਦਿੱਤਾ ਹੈ ਇਸ ਤੋਂ ਪਹਿਲਾਂ, ਉਹ ਆਪਣਾ 28 ਜੂਨ ਦਾ ਹੈ, ਠੀਕ ਹੈ ਦੋਸਤੋ।
तो जेकर तुम्हें रिजल्ट चैक करना है वह भी मैं तुम्हें इस वीडियो में दस ही देना है कि मैं रिजल्ट चैक करना है सारा कुछ दोस्तों इस वीडियो दसागा। तो यार फटाफट लाइक करो यार, अजक कौन दसदा है इन्ना कुछ सब कुछ, फटाफट लाइक करो तो यार चैनल सबसक्राइब करो। तो दोस्तों अगे एक होर मैं तुम्हें स्पैशल वीडियो दसागा उस बारे, ठीक है दोस्तों। चलिए दोस्तों अगे बढ़ते हैं फटाफट। तो दोस्तों तुम अपनी स्क्रीन देख सकते हो मतलब जी ऑफिशियल PSEB की वैबसाइट है वो कि है एक स्क्रीन दोस्तों नोटिफिकेशन। तो दोस्तों तुम देख सकते हो ऑफिशियल PSEB की जी वैबसाइट है वो है अपनी www.pseb.ac.in, ठीक है दोस्तों। ये अपनी ऑफिशियल वैबसाइट है, इतने जाकर तुम अपना रिजल्ट चैक कर सकते हो। नोटिफिकेशन जो लिखा PSEB विनवाल नो द मोस्ट ट्रस्टड एजुकेशन बोर्ड इन पंजाब, ठीक है दोस्तों। तो मतलब चलो तुम्हें पंजाबी दस दिना PSEB जो अपना बहुत ही ज़्यादा भरोसेमंद बोर्ड है पंजाब में। www.pseb.ac.in इज द ऑफिशियल साइट ऑफ PSEB 2022, यानी कि 2022 की अपनी आ जी ऑफिशियल वैबसाइट है जी मैं तुम्हें दस चुका हाँ। पंजाब स्कूल एजुकेशन बोर्ड बाद इस्टैबलिश इन 1969, ठीक है दोस्तों। अपना 1969 पंजाब स्कूल एजुकेशन बोर्ड बनया से इन पंजाब विद विधानसभा अमेंडर द बोर्ड एक्ट, ठीक है दोस्तों बोर्ड एक्ट के अंडर। तो दोस्तों चल य मतलब फालतू की गल्ला ने मैं तुम्हें दसना से दसता थी कि तुम आ वाली वैबसाइट पर जाके अपना रिजल्ट देख सकते हो। चलिए दोस्तों अगे बढ़ते हैं, होर भी नॉलेज देवे तो इस छोटी जी वीडियो इतने यार, फटाफट लाइक करो चैनल सबसक्राइब करो, ठीक है दोस्तों अगे बढ़ते हैं। तो हाँ जी दोस्तों जेकर तुम चैक करना चाहते हो अपनी PSEB का 12वीं का रिजल्ट तो किमें चैक कर सकते हो, मतलब 10वीं या 12वीं का कोई भी क्लास हो भावें 8वीं होवे 9वीं 10वीं कोई भी रिजल्ट चैक करना है आप कर सकते हैं। पंजाब बोर्ड टर्म टू रिजल्ट 2022 हाउ टू चैक सोर्सिस ऑनलाइन, यानी कि दोस्तों आप किमें रिजल्ट चैक कर सकते हैं आइए तुम दस ही देने। सिर्फ छोटी जी वीडियो यार, कोई ज़्यादा टाइम नहीं बर्बाद करता, थोड़ा सिंपल भाषा समझावगा, ठीक है यार फटाफट लाइक कर दो यार चैनल सबसक्राइब कर दो। चलिए दोस्तों अगे बढ़ते हैं, विजिट द पंजाब स्कूल एजुकेशन बोर्ड ऑफिशियल वैबसाइट, ठीक है दोस्तों अपन ऑफिशियल वैबसाइट विजिट करनी पड़ेगी आप तो, यानी कि सब तो पहले तुम्हें अपना क्रोम ओपन करना है, ठीक है। और तो टाइप कर देना PSEB.ac.in, ठीक है दोस्तों। क्रोम नहीं तो गूगल पर भी टाइप कर सकते हो, कोई चक्कर वाली गल नहीं है दोस्तों। ये दसो ये देखो ऑफिशियल वैबसाइट अपनी, ठीक है। तो चलिए दोस्तों एक सैकेंड इस बैक करते हैं, तो अगे लिखा है दोस्तों क्लिक ऑन द लिंक डैट सेज PSEB 12th रिजल्ट 2022, यानी कि दोस्तों जेकर तुम 10वीं का देखना है तो उत्थे अपन एक लिंक आएगा उत्थे लिखा होएगा नीले अक्षर विच PSEB 10th रिजल्ट 2022, ठीक है दोस्तों। मैं ऑफिशियल वैबसाइट चैक की थी उत्थे अपन मतलब अपनी जरा हों नहीं अंडरलाइन वर्ड से लिखा हों PSEB 10th रिजल्ट 2022 उत्थे क्लिक कर दो आराम तुहाडा ओपन हो जाएगा, ठीक है। तो जेकर तुम 12वीं का देखना है तो सेम PSEB 12th रिजल्ट 2022 उत्थे सारी क्लासा के रिजल्ट आ जाएंगे दोस्तों अपने आप, तुम्हें बस उसे क्लिक करना है, ठीक है ऑन द होम पेज पर, ठीक है अपने आप ओपन हो जाएगा। तो उस तो बाद जोड़ा मेन काम जो करना है वो की करना है, एंटर योर नो नंबर उसे रोल नंबर भर देना अपना, ठीक है, या फिर रजिस्ट्रेशन नंबर जो मैं मतलब तुम्हें रजिस्ट्रेशन नंबर दिता होएगा बोर्ड वालों वो भर दो या फिर नो नंबर भर दो, ठीक है। क्लिक ऑन सबमिट बटन, तो सबमिट बटन के क्लिक करने ही रिजल्ट सामने होएगा तुम अपना। तो जेकर दोस्तों तुम पंजाब पुलिस में अपनी भर्ती कराना चाहते हो तो दोस्तों डिस्क्रिप्शन एक घैंट जी वीडियो का लिंक दिता है, उस विच मैं सारा कुछ दस्या कि तुम किमें पंजाब पुलिस में अपनी भर्ती करा सकते हो, की कुछ चाहिए होंगे, कि डॉक्यूमेंट चाहिए है प्लस टू तो बाद या फिर 10वीं तो बाद किमें करा सकते हो अपनी पंजाब पुलिस में भर्ती, ठीक है दोस्तों। सारे नॉलेज दी हुई है A to Z लैके पंजाब पुलिस बारे, तो यार डिस्क्रिप्शन वीडियो का लिंक है उसको जरूर देखो, ठीक है दोस्तों। तो दोस्तों मैंने पूरा भरोसा तुम उन्होंने जरूर देखोगे क्योंकि तो मेरे यार प्यारे दोस्तों। तो चलो दोस्तों वीडियो ख़त्म, मिलते हैं अगली वीडियो, बाय बाय।